ਪੰਜ ਪੌੜੀਆਂ ਜਪੋ ਜੀ ਸਾਹਿਬ ਪਾਠ ਜਿਹੜਾ ਮੂੰਹ ਜ਼ਬਾਨੀ ਸੁਣਾਉਂਦਾ ਉਹਨੂੰ ਵੀ ਫ੍ਰੀ ਪਿਲਾ ਰਹੇ ਹੋ, ਇਹ ਫ੍ਰੀ ਵਾਸਤੇ ਵੀ ਨਹੀਂ ਆ ਰਹੇ ਜਾਂ ਪਾਠ ਨਹੀਂ ਪੜ੍ਹਦੇ ਇੱਥੇ ਆਉਣ? ਬਿਲਕੁਲ ਜੀ ਬਿਲਕੁਲ, ਪਤਾ ਨਹੀਂ ਉਹਨਾਂ ਨੂੰ ਸ਼ਰਮ ਆਉਂਦੀ ਆ ਅਤੇ ਪਤਾ ਨਹੀਂ ਜਾਂ ਉਹਨਾਂ ਕੋਲ ਪੈਸੇ ਜ਼ਿਆਦੇ ਆ, ਪਾਠ ਵਾਲੇ ਬਹੁਤ ਘੱਟ ਆਉਂਦੇ ਆ। ਮੈਂ ਚਾਹੁੰਦਾ ਵੀ 100 ਦੇ ਵਿੱਚੋਂ 10 ਜਾਣੇ ਤਾਂ ਪਾਠ ਵਾਲੇ ਹੋਣ। ਹਾਲਾਤ ਕਿਉਂ ਨਹੀਂ ਸੁਧਰੇ, ਕਿਉਂ ਨਹੀਂ ਤੁਹਾਡੇ ਇੱਥੇ ਆ ਰਹੇ, ਕਿੰਨੇ ਕੁ ਮਾੜੇ ਹਾਲਾਤਾਂ ਦੇ ਵਿੱਚ ਰਹਿੰਦੇ ਹੋ? ਵੇਖੋ ਜੀ, 2024 'ਚ ਅਪ੍ਰੈਲ ਦੇ ਵਿੱਚ 19 ਨੂੰ ਮੇਰੀ ਲੱਤ ਟੁੱਟ ਗਈ, ਜਿਹਦੇ ਕਰਕੇ ਮੇਰੇ ਜਿਹੜੇ ਕਾਰੋਬਾਰ ਆ ਉਹ ਬੰਦ ਹੋ ਗਿਆ। 2-4 ਮਹੀਨੇ ਡਾਕਟਰ ਨੇ ਜਿਹੜੀ ਰੈਸਟ ਦੱਸੀ ਸੀ ਉਹ ਵੀ ਨਹੀਂ ਹੋਈ ਮੇਰੇ ਕੋਲ ਪੂਰੀ ਤਰ੍ਹਾਂ, ਅਤੇ ਮੇਰੀ ਲੱਤ ਵੀ ਨਹੀਂ ਅਜੇ ਪ੍ਰੋਪਰ ਜੁੜੀ ਅਤੇ ਮੇਰਾ ਕੰਮ ਵੀ ਨਹੀਂ ਚੱਲਣ ਡਿਆ। ਅਤੇ ਫਿਰ 1 ਜੁਲਾਈ ਦੇ ਵਿੱਚ ਵਾਈਫ ਦਾ ਓਪਰੇਸ਼ਨ ਹੋਣਾ ਸੀ, ਮੇਰੇ ਘਰ ਬੇਟੀ ਹੋਈ ਅਤੇ ਉਹ ਵੀ ਜਿਹੜੀ ਆ ਮਸ਼ੀਨ 'ਚ ਨਾ ਲਾ ਸਕੇ ਅਸੀਂ ਪੈਸਿਆਂ ਦੀ ਕਰਕੇ, ਅਤੇ ਉਹ ਵੀ ਅੱਜ ਇਸ ਦੁਨੀਆ 'ਤੇ ਨਹੀਂ ਹੈਗੀ। ਅਤੇ ਹਾਲਾਤ ਤੁਸੀਂ ਸਮਝ ਸਕਦੇ ਹੋ ਵੀ ਇਸ ਹੱਥਾਂ ਨਾਲ ਮੈਂ ਆਪਣੀ ਸੁਣੇ ਵਰਗੀ ਧੀ ਨੱਪੀ ਆ, ਅਤੇ ਕੀ ਹੋਣਗੇ ਮੇਰੇ ਹਾਲਾਤ ਦੱਸੋ। ਭਰਾ ਦੀ ਰੇਹੜੀ ਨਹੀਂ ਚੱਲਦੀ, ਪੈਸੇ ਨਹੀਂ ਸੀ, ਸੋਹਣੇ ਜਿਹੀ ਧੀ ਸੀ ਜਿਹਨੇ ਜਨਮ ਲਿਆ ਸੀ, ਤਾਂ ਦੂਜੇ ਦਿਨ ਹੀ ਉਹ ਰੱਬ ਨੂੰ ਪਿਆਰੀ ਹੋ ਗਈ। ਜੇ ਪੈਸੇ ਹੁੰਦੇ ਵੀਰ ਦੀ ਜੇਬ ਦੇ ਵਿੱਚ ਤਾਂ ਅੱਜ ਉਸ ਧੀ ਜਿਹੜੀ ਸੋਹਣੇ ਜਿਹੀ ਧੀ ਆ ਵੀਰ ਦੇ ਪਰਿਵਾਰ ਦੇ ਵਿੱਚ ਹੁੰਦੀ, ਹੱਸਦਾ ਖੇਡਦਾ ਪਰਿਵਾਰ ਹੁੰਦਾ। ਪਰ ਪੈਸਿਆਂ ਦੀ ਵਜ੍ਹਾ ਨਾਲ ਵੀਰ ਦੀ ਧੀ ਇਸ ਦੁਨੀਆ ਤੋਂ ਅਲਵਿਦਾ ਕਹਿ ਜੀ ਇਸ ਦੁਨੀਆ ਨੂੰ ਛੱਡ ਗਈ। ਵਾਈਫ ਦਾ ਓਪਰੇਸ਼ਨ ਹੋਇਆ ਅਤੇ 10-12 ਹਜ਼ਾਰ ਡਾਕਟਰ ਨੇ ਬਿੱਲ ਬਣਾ ਦਿੱਤਾ ਹੋਰ ਦਵਾਈਆਂ ਦਵਾਈਆਂ ਪਾ ਕੇ, ਅਤੇ ਉਹਦੇ ਕਾਰਨ ਮੈਨੂੰ ਆਪਣਾ ਮੋਟਰਸਾਈਕਲ ਵੀ ਵੇਚਣਾ ਪਿਆ। ਵਾਈਫ ਨੂੰ ਘਰ ਲਿਆਂਦਾ ਅਤੇ ਬੇਟੀ ਦਾ ਜਿਹੜਾ ਇਹਨਾਂ ਹੱਥਾਂ ਨਾਲ ਮੈਂ ਆਪਣੀ ਬੇਟੀ ਜਿਹੜੀ ਨੱਪੀ ਹੋਈ ਆ, ਮੇਰੇ ਨੂੰਹ ਤੱਕ ਵਰੁੰਦਰੇ ਗਿਆ ਵੀ ਇਹ ਮੇਰੇ ਨਾਲ ਕੀ ਹੋ ਗਿਆ। ਕਿਸੇ ਸਰਕਾਰੀ ਬੰਦੇ 'ਤੇ ਛੱਡੋ, ਸਾਡੀ ਸੰਸਥਾ ਜਾਂ ਸਾਡੇ ਕੋਈ ਪੰਥਕ ਆਗੂ ਜਾਂ ਲੀਡਰ ਕਿਸੇ ਨੇ ਕੋਈ ਮਦਦ ਨਹੀਂ ਕੀਤੀ। ਨਾਮ ਨਹੀਂ ਮੈਨੂੰ ਲੈਣਾ ਚਾਹੀਦਾ ਕਿਉਂਕਿ ਮੈਂ ਇੱਕ ਸਿੱਖ ਹਾਂ। ਹੁਣ ਮੈਂ ਇੱਥੇ ਅਗਰ ਆਂਡਿਆਂ ਦੀ ਰੇਹੜੀ ਲਾਦਾਂ ਜਾਂ ਆਮਲੇਟ ਬਣਾਉਣੀ ਸ਼ੁਰੂ ਕਰਦਾ, ਮੀਟ ਵੇਚਣਾ ਸ਼ੁਰੂ ਕਰਦਾ, ਅਤੇ ਸਾਰਾ ਮੇਰਾ ਕੰਮ ਵੀ ਚੱਲ ਜਾਣਾ ਹੈ ਅਤੇ ਲੋਕਾਂ ਨੇ ਆਉਣਾ ਵੀ ਸ਼ੁਰੂ ਕਰ ਦੇਣਾ। ਹੁਣ ਮੈਂ ਚੰਗੀ ਚੀਜ਼ ਲਾਈ ਆ ਅਤੇ ਲੋਕ ਮੇਰਾ ਸਾਥ ਹੀ ਨਹੀਂ ਦੇ ਰਹੇ। ਕਿਉਂ ਇਸ ਤਰ੍ਹਾਂ ਸੋਚ ਰਹੇ ਹੋ ਕਿ ਅੱਜ ਆਂਡਾ ਮੱਛੀ ਲਾਉਣ ਦੀ ਕਿਉਂ ਨੌਬਤ ਆਈ? ਹੁਣ ਸਵੇਰ ਦਾ 1520 ਆ, 1500-1200 ਰੁਪਈਆ ਮੈਂ ਲਾਇਆ ਹੈ, ਹਫ਼ਤਾ ਹੋ ਗਿਆ ਮੈਂ ਵਿਹਲਾ ਬਹਿ ਕੇ ਜਾ ਰਿਹਾ। ਕੋਈ ਜਿਹੜੇ ਸਾਡੇ ਅੰਮ੍ਰਿਤਸਰ ਸ਼ਹਿਰ ਵਾਸੀ ਆ ਮੇਰਾ ਸਾਥ ਨਹੀਂ ਦੇ ਰਿਹਾ ਜਾਂ ਭੈਣ ਭਰਾ ਆਪਣੇ ਨਹੀਂ ਸਾਥ ਦੇ ਰਿਹਾ, ਅਤੇ ਹੁਣ ਬੰਦਾ ਅੱਕ ਕੇ ਕਰਦਾ ਜੋ ਵੀ ਕਰਦਾ। ਹੁਣ ਕੰਮ ਮੈਨੂੰ ਲੱਗਦਾ ਵੀ ਬਦਲ ਲੈਣਾ ਚਾਹੀਦਾ। ਲੰਬੀਆਂ ਲਾਈਨਾਂ ਨਹੀਂ ਹੈ, ਭੀੜ ਨਹੀਂ ਹੈ, ਅੰਦਰੋਂ ਟੁੱਟਿਆ ਹੋਇਆ। ਸੋਚ ਰਿਹਾ ਜੀ ਹੁਣ ਜਿਹੜੀਆਂ ਚੀਜ਼ਾਂ ਦਾ ਇਹਨਾਂ ਨੂੰ ਨਾਮ ਵੀ ਨਹੀਂ ਲੈਣਾ ਚਾਹੀਦਾ, ਉਸ ਚੀਜ਼ ਦੀ ਰੇਹੜੀ ਲਾਉਣ ਵਾਸਤੇ ਆਂਡੇ ਮੀਟ ਦੀ, ਤਾਂ ਅਸੀਂ ਵੀ ਅਪੀਲ ਕੀਤੀ ਹੈ ਵੀਰ ਨੂੰ, ਬੇਨਤੀ ਲਾਈ ਹੈ ਹੱਥ ਜੋੜ ਕੇ, ਵੀਰਾ ਮਿਹਨਤ ਨੂੰ ਤਰਜੀਹ ਦੇ, ਨਿੰਬੂ ਪਾਣੀ ਦਹੀਂ ਭੱਲੇ ਵੇਚ, ਰੱਬ ਨੇ ਸੁਣਨੀ ਹੋਈ ਤਾਂ ਇੱਥੇ ਸੁਣ ਲੈਣੀ ਹੈ, ਨਹੀਂ ਸੁਣਨੀ ਤਾਂ ਚਾਹੇ ਮੀਟ ਮੱਛੀ ਵੇਚ ਚਾਹੇ ਆਂਡੇ ਵੇਚ, ਫਿਰ ਵੀ ਪਛਤਾਉਣਾ ਪੈਣਾ। ਤਾਂ ਹੁਣ ਇੱਥੇ ਮਿਹਨਤ ਨਾਲ ਆਪਣਾ ਪਰਿਵਾਰ ਚਲਾ। ਇਹੋ ਜਿਹੀਆਂ ਸ਼ਖਸੀਅਤਾਂ ਮੇਰੇ ਕੋਲ ਆਉਣਗੀਆਂ ਵੀ ਜਿਨ੍ਹਾਂ ਨੂੰ ਮੇਰੇ ਨਾਲ ਕੋਈ ਜਾਣ ਪਛਾਣ ਨਹੀਂ ਵੀ ਤੂੰ ਗਲਤ ਕਰ ਰਿਹਾ, ਬਾਣਾ ਪਾ ਗਲਤ ਕਰ ਰਿਹਾ, ਹੁਣ ਮੈਂ ਸਹੀ ਕਰ ਰਿਹਾ ਅਤੇ ਕੋਈ ਸਾਥ ਨਹੀਂ ਦਿੰਦਾ। ਅਤੇ ਮੈਂ ਵੀ ਇਹ ਬੇਨਤੀ ਕਰੂੰਗਾ ਵੀ ਆਹ ਜਿਹੜਾ ਸਾਉਣ ਭਾਦਰੋਂ ਦਾ ਮਹੀਨਾ, ਸਾਉਣ ਦਾ ਲੰਘ ਹੈ ਭਾਦਰੋਂ, ਇਹ ਮਹੀਨਾ ਮੈਂ ਸਾਰਾ ਚਲਾਵਾਂਗਾ। ਅਗਰ ਆਪ ਜੀ ਸਾਥ ਦਿਓਗੇ ਤਾਂ ਮੈਂ ਇਹਦੇ 'ਤੇ ਰਹਾਂਗਾ, ਅਤੇ ਕਿਰਪਾ ਮਾਲਕ ਕਰੇ ਜਿੰਨੇ ਕੁ ਸਵਾਸ ਰਹਿ ਗਏ ਉਹਦੀ ਕਿਰਪਾ ਦੇ ਨਾਲ ਉਹਦੇ ਬਾਣੇ 'ਚ ਰਹਿ ਕੇ ਨਿਭਾਈਏ, ਠੀਕ ਹੈ ਜੀ। ਅਤੇ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਜੇ ਮੈਂ ਗਲਤ ਬੋਲਿਆ ਤਾਂ ਮਾਫ਼ੀ ਆ, ਪਰ ਮੇਰਾ ਅਗਰ ਕੰਮ ਨਹੀਂ ਚੱਲਣ ਦਾ ਮੈਨੂੰ ਤਾਂ ਕਹਿਣਾ ਪੈ ਰਿਹਾ ਸਭ ਕੁਛ। ਹੱਥ ਜੋੜ ਕੇ ਬੇਨਤੀ ਇਹ ਕਰਦਾ ਜੀ ਮੈਨੂੰ ਪੈਸਿਆਂ ਦੀ ਲੋੜ, ਮੇਰਾ ਕੰਮ ਚੱਲੇ, ਮਿਹਨਤ ਕਰਾਂ ਅਤੇ ਫਿਰ ਮੈਂ ਆਪਣਾ ਪਰਿਵਾਰ ਪਾਲਾਂ। ਇਹੀ ਮੈਸੇਜ ਆ, ਖਾਲਸਾ ਕਾਲਜ ਵੂਮੈਨ ਦੇ ਬਾਹਰ ਆਪਣੀ ਛੋਟੀ ਜਿਹੀ ਦੁਕਾਨ ਆ,
ਮੇਰਾ ਕੰਮ ਚੱਲੇ, ਮੇਰਾ ਸਾਥ ਦਿਓ ਅਤੇ ਧੰਨਵਾਦ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜਲਾਲੀ ਅਤੇ ਤੁਸੀਂ ਜੁੜੇ ਹੋ ਸਟਰੋਲ ਪੰਜਾਬ TV ਨਾਲ। ਅਸੀਂ ਜ਼ਿਆਦਾਤਰ ਦੇਖਦੇ ਹਾਂ ਜੇ ਪ੍ਰਵਾਸੀ ਵੀਰਾਂ ਦੀਆਂ ਰੇਹੜੀਆਂ 'ਤੇ ਹਮੇਸ਼ਾ ਭੀੜ ਹੁੰਦੀ ਹੈ, ਤਾਂ ਪਰ ਅੱਜ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਸਾਹਿਬ ਦੀਆਂ ਸਾਂਝੀਆਂ ਜਾ ਰਹੇ ਹਾਂ, ਜਿੱਥੇ ਕਿ ਨੌਜਵਾਨ ਵੀਰ ਹੈ ਸਾਡਾ, ਅੰਮ੍ਰਿਤਧਾਰੀ ਵੀਰ ਹੈ, ਬਾਣੀ ਨਾਲ ਜੁੜਿਆ ਹੋਇਆ ਹੈ, ਰੱਬ ਦਾ ਨਾਮ ਜਪਦਾ ਹੈ, ਪਰ ਇਸ ਰੇਹੜੀ 'ਤੇ ਭੀੜ ਨਜ਼ਰ ਨਹੀਂ ਆ ਰਹੀ ਅਤੇ ਵਿਹਲਾ ਬੈਠਾ ਹੋਇਆ ਨਜ਼ਰ ਆ ਰਿਹਾ। ਇਹ ਵੀਰ ਜਿਹੜਾ ਨਿੰਬੂ ਪਾਣੀ ਵੇਚ ਰਿਹਾ ਹੈ, ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ, ਜਲਜੀਰਾ, ਸਰਬਤ, ਇਹ ਚੀਜ਼ਾਂ ਵੇਚ ਰਿਹਾ, ਪਰ ਇੱਥੇ ਨਾ ਤਾਂ ਭੀੜ ਨਜ਼ਰ ਆ ਰਹੀ ਹੈ ਅਤੇ ਨਾ ਹੀ ਕੋਈ ਗਾਹਕ ਨਜ਼ਰ ਆ ਰਿਹਾ। ਰੱਬ ਦੇ ਨਾਮ ਨਾਲ ਵੀ ਜੋੜ ਰਿਹਾ ਵੀਰ, ਪੰਜ ਪੌੜੀਆਂ ਜਪੋ ਜੀ ਸਾਹਿਬ ਪਾਠ ਮੂੰਹ ਜ਼ਬਾਨੀ ਸੁਣਾਉਣ 'ਤੇ ਇਹ ਜਿਹੜਾ ਜਿਹੜਾ ਫ੍ਰੀ ਦਿੰਦਾ ਹੈ, ਪਰ ਫਿਰ ਵੀ ਇੱਥੇ ਨਾ ਤਾਂ ਲੰਬੀਆਂ ਲਾਈਨਾਂ ਨੇ ਅਤੇ ਨਾ ਹੀ ਭੀੜ ਹੈ। ਵਜ੍ਹਾ ਵੀ ਜਾਣਦੇ ਹਾਂ ਤਾਂ ਵੀਰ ਨਾਲ ਗੱਲਬਾਤ ਵੀ ਕਰਦੇ ਹਾਂ, ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਭਾਜੀ ਤੁਹਾਡਾ? ਵਿਕਰਮਜੀਤ ਸਿੰਘ ਨਾਮ ਹੈ। ਵੀਰੇ ਮੈਨੂੰ ਇਹ ਦੱਸੋ, ਜ਼ਿਆਦਾਤਰ ਅਸੀਂ ਵੇਖ ਰਹੇ ਹਾਂ ਪ੍ਰਵਾਸੀ ਵੀਰਾਂ ਦੀਆਂ ਰੇਹੜੀਆਂ ਨੇ ਜਿਹੜੀਆਂ, ਬੜੀਆਂ ਲੰਬੀਆਂ ਲਾਈਨਾਂ ਨੇ, ਭੀੜ ਹੈ ਉੱਥੇ, ਪਰ ਤੁਸੀਂ ਅੰਮ੍ਰਿਤਧਾਰੀ ਵੀਰ ਹੋ ਅਤੇ ਪੰਜ ਪੌੜੀਆਂ ਜਪੋ ਜੀ ਸਾਹਿਬ ਜਿਹੜਾ ਪਾਠ ਸੁਣਾਉਂਦਾ ਉਹਨੂੰ ਫ੍ਰੀ ਵੀ ਪਿਲਾ ਰਹੇ ਹੋ, ਫਿਰ ਵੀ ਇੱਥੇ ਭੀੜ ਨਹੀਂ ਹੈ, ਕੀ ਵਜ੍ਹਾ ਮੰਨਦੇ? ਵੇਖੋ ਜੀ, ਮੇਰਾ ਤਾਂ ਇੱਕ ਨੰਬਰ ਦਾ ਸਮਾਨ ਹੈ, ਪਹਿਲੀ ਗੱਲ ਤਾਂ ਆਪਾਂ 100% ਸ਼ੁੱਧ ਦੇ ਰਹੇ ਹਾਂ। ਹੁਣ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਮੇਰੇ ਕੋਲ ਜਾਂ ਪਹੁੰਚ ਨਹੀਂ ਰਿਹਾ ਜਾਂ ਆ ਨਹੀਂ ਰਿਹਾ ਜਾਂ ਉਹਨਾਂ ਨੂੰ ਸਹੀ ਨਹੀਂ ਲੱਗ ਰਿਹਾ, ਇਹਦੇ ਵਿੱਚ ਮੈਨੂੰ ਨਹੀਂ ਪਤਾ, ਪਰ ਪ੍ਰਵਾਸੀ ਮਜ਼ਦੂਰਾਂ ਦਾ ਗਲਤ ਖਾਣ ਦੇ ਸ਼ੌਕੀਨ ਹੋ ਗਏ ਅੰਮ੍ਰਿਤਸਰ ਸ਼ਹਿਰ ਵਾਸੀ, ਇਸ ਕਰਕੇ ਨਹੀਂ ਆ ਰਹੇ। ਪਰ ਤੁਸੀਂ ਪੰਜ ਪੌੜੀਆਂ ਜਪੋ ਜੀ ਸਾਹਿਬ ਪਾਠ ਜਿਹੜਾ ਮੂੰਹ ਜ਼ਬਾਨੀ ਸੁਣਾਉਂਦਾ ਉਹਨੂੰ ਵੀ ਫ੍ਰੀ ਪਿਲਾ ਰਹੇ ਹੋ, ਇਹ ਫ੍ਰੀ ਵਾਸਤੇ ਵੀ ਨਹੀਂ ਆ ਰਹੇ ਜਾਂ ਪਾਠ ਨਹੀਂ ਪੜ੍ਹਦੇ ਇੱਥੇ ਆਉਣ? ਬਿਲਕੁਲ ਜੀ ਬਿਲਕੁਲ, ਪਤਾ ਨਹੀਂ ਉਹਨਾਂ ਨੂੰ ਸ਼ਰਮ ਆਉਂਦੀ ਆ ਅਤੇ ਪਤਾ ਨਹੀਂ ਜਾਂ ਉਹਨਾਂ ਕੋਲ ਪੈਸੇ ਜ਼ਿਆਦੇ ਆ, ਪਾਠ ਵਾਲੇ ਬਹੁਤ ਘੱਟ ਆਉਂਦੇ ਆ। ਮੈਂ ਚਾਹੁੰਦਾ ਵੀ 100 ਦੇ ਵਿੱਚੋਂ 10 ਜਣੇ ਤਾਂ ਪਾਠ ਵਾਲੇ ਹੋਣ। ਸਵੇਰ ਦੇ ਚਿੰਨੇ 'ਚ ਪੈਸੇ ਵੱਟੇ ਨੇ ਵੀਰੇ ਤੁਸੀਂ, ਤਾਂ ਹੁਣ ਚਿੰਨੇ 'ਚ ਪੈਸਿਆਂ ਦੀ ਉਮੀਦ ਆ, ਕਿਉਂਕਿ 5:30 ਦਾ ਟਾਈਮ ਹੋ ਰਿਹਾ ਦੁਪਹਿਰਾਂ ਦਾ, ਤਾਂ ਕਿਵੇਂ ਚਿੰਨੇ ਪੈਸੇ ਵੱਟੇ? ਵੇਖੋ ਜੀ, ਹੁਣ ਪੈਸੇ ਤੁਹਾਨੂੰ ਕੀ ਦੱਸਾਂ, ਮੈਂ ਵਿਹਲਾ ਹੀ ਆ, ਸਵੇਰ ਦਾ ਬੈਠਾ ਹੈ ਅਤੇ ਤਕਰੀਬਨ ਹਫ਼ਤਾ ਹੋ ਗਿਆ ਇੱਦਾਂ ਹੀ ਚੱਲ ਰਿਹਾ, ਮੈਂ 10-12-1500 ਰੁਪਇਆ ਕੋਲੋਂ ਲਾ ਰਿਹਾ, ਚਾਹ ਦੇਖ ਲਓ ਸਵੇਰ ਦਾ 200-150-250 ਰੁਪਇਆ ਸਾਰਾ ਵੱਟਿਆ ਹੈ। ਅਤੇ ਵੇਖੋ, ਅੰਮ੍ਰਿਤਸਰ ਸ਼ਹਿਰ ਵਾਸੀ ਸਾਥ ਵੀ ਨਹੀਂ ਦੇ ਰਿਹਾ ਅਤੇ ਮੇਰੇ ਜਿਹੜੇ ਹਾਲਾਤ ਆ ਉਹ 72 ਤੋਂ 72 ਹੁੰਦੇ ਜਾ ਰਿਹਾ, ਜਿਹੜੇ ਡਾਊਨ ਜਾ ਰਿਹਾ। ਕਿੰਨੇ ਚਿਰ ਤੋਂ ਇਹ ਰੇਹੜੀ ਲਾ ਰਹੇ ਹੋ ਤੁਸੀਂ ਇੱਥੇ? ਮੈਂ ਜੀ 1 ਨਵੰਬਰ ਤੋਂ ਸ਼ੁਰੂ ਕੀਤਾ ਸੀ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ 2023 ਦੇ ਵਿੱਚ, ਅਤੇ ਉਸ ਦਿਨ ਤੋਂ ਹੀ ਆਪਾਂ ਪਹਿਲੇ ਦਿਨ ਤੋਂ ਹੀ ਆ ਜਪਜੀ ਸਾਹਿਬ ਦੀ ਜਿਹੜੀ ਸ਼ਰਤ ਆ ਵਾਹਿਗੁਰੂ ਕਿਰਪਾ ਕਰੇ, ਉਸ ਦਿਨ ਤੋਂ ਆਪਾਂ ਫ੍ਰੀ ਖਵਾ ਰਹੇ ਹਾਂ। ਹਾਲਾਤ ਕਿਉਂ ਨਹੀਂ ਸੁਧਰੇ, ਕਿਉਂ ਨਹੀਂ ਤੁਹਾਡੇ ਇੱਥੇ ਆ ਰਹੇ, ਕਿੰਨੇ ਕੁ ਮਾੜੇ ਹਾਲਾਤਾਂ ਦੇ ਵਿੱਚ ਰਹਿੰਦੇ ਹੋ? ਵੇਖੋ ਜੀ, 2024 'ਚ ਅਪ੍ਰੈਲ ਦੇ ਵਿੱਚ 19 ਨੂੰ ਮੇਰੀ ਲੱਤ ਟੁੱਟ ਗਈ, ਜਿਹਦੇ ਕਰਕੇ ਮੇਰੇ ਜਿਹੜੇ ਕਾਰੋਬਾਰ ਆ ਉਹ ਬੰਦ ਹੋ ਗਿਆ। 2-4 ਮਹੀਨੇ ਡਾਕਟਰ ਨੇ ਜਿਹੜੀ ਰੈਸਟ ਦੱਸੀ ਸੀ ਉਹ ਵੀ ਨਹੀਂ ਹੋਈ ਮੇਰੇ ਕੋਲ ਪੂਰੀ ਤਰ੍ਹਾਂ, ਅਤੇ ਮੇਰੀ ਲੱਤ ਵੀ ਨਹੀਂ ਅਜੇ ਪ੍ਰੋਪਰ ਜੁੜੀ ਅਤੇ ਮੇਰਾ ਕੰਮ ਵੀ ਨਹੀਂ ਚੱਲਣ ਡਿਆ। ਅਤੇ ਫਿਰ 1 ਜੁਲਾਈ ਦੇ ਵਿੱਚ ਵਾਈਫ ਦਾ ਓਪਰੇਸ਼ਨ ਹੋਣਾ ਸੀ, ਮੇਰੇ ਘਰ ਬੇਟੀ ਹੋਈ ਅਤੇ ਉਹ ਵੀ ਜਿਹੜੀ ਆ ਮਸ਼ੀਨ 'ਚ ਨਾ ਲਾ ਸਕੇ ਅਸੀਂ ਪੈਸਿਆਂ ਦੀ ਕਰਕੇ, ਅਤੇ ਉਹ ਵੀ ਅੱਜ ਇਸ ਦੁਨੀਆ 'ਤੇ ਨਹੀਂ ਹੈਗੀ। ਅਤੇ ਹਾਲਾਤ ਤੁਸੀਂ ਸਮਝ ਸਕਦੇ ਹੋ ਵੀ ਇਸ ਹੱਥਾਂ ਨਾਲ ਮੈਂ ਆਪਣੀ ਸੁਣੇ ਵਰਗੀ ਧੀ ਨੱਪੀ ਆ, ਅਤੇ ਕੀ ਹੋਣਗੇ ਮੇਰੇ ਹਾਲਾਤ? ਪਰ ਕੀ ਵਜ੍ਹਾ ਮੰਨਦੇ ਹੋ, ਜੇ ਪੈਸੇ ਹੁੰਦੇ ਤਾਂ ਤੁਹਾਡੀ ਧੀ ਅੱਜ ਤੁਹਾਡੇ ਵਿੱਚ ਹੁੰਦੀ, ਜੀਵਤ ਹੁੰਦੀ? ਸਮਝਦੇ ਹੋ ਜੇ ਹਾਲਾਤ ਵਧੀਆ ਹੁੰਦੇ ਤਾਂ ਅੱਜ ਇੰਨੇ ਤੁਹਾਡੀ ਧੀ ਤੁਹਾਡੇ ਨਾਲ ਹੁੰਦੀ, ਜੇ ਪੈਸਿਆਂ ਦੀ ਵਜ੍ਹਾ ਨਾਲ ਸਮਝਦੇ ਹੋ ਧੀ ਪੂਰੀ ਹੋਈ ਹੈ? ਬਿਲਕੁਲ ਜੀ ਬਿਲਕੁਲ, ਪੈਸਿਆਂ ਦੀ ਵਜ੍ਹਾ 100%। ਮੈਨੂੰ 5 ਵਜੇ ਉਹਨੇ ਜਨਮ ਲਿਆ, 6 ਵਜੇ ਡਾਕਟਰ ਨੇ ਦੱਸਦਾ ਸੀ ਤੁਹਾਡੀ ਬੇਟੀ ਸੀਰੀਅਸ, ਇਹਨੂੰ ਮਸ਼ੀਨ 'ਚ ਲਵਾਓ ਦਵਾ ਦਿਓ, ਪਰ ਮੇਰੀ ਜੇਬ ਦੇ ਵਿੱਚ ਉਸ ਵਕਤ ਸਿਰਫ 200-250 ਰੁਪਈਆ ਸੀ ਬਸ, ਜਿਹਦੇ ਕਰਕੇ ਮੈਂ ਬਹੁਤ ਸਾਰੇ ਭੈਣ ਭਰਾਵਾਂ ਨੂੰ ਜਾਂ ਆਪਣੇ ਜਿਹੜੇ ਲਿੰਕ ਦੇ ਵਿੱਚ ਹੀ ਬਹੁਤ ਸਾਰੇ ਸਰਕਾਰੀ ਨੌਕਰੀ ਵਾਲੇ ਪੁਲਿਸ ਮੁਲਾਜ਼ਮ ਵੀ ਸੀ, ਮੈਂ ਬੇਨਤੀ ਵੀ ਕੀਤੀ ਉਹਨਾਂ ਨੂੰ ਕਿ ਮੇਰਾ ਹਾਲਾਤ ਆ ਅਤੇ ਮੈਨੂੰ ਪੈਸਿਆਂ ਦੀ ਲੋੜ ਆਧਾਰੇ ਚਾਹੇ ਦੇ ਦਿਓ, ਪਰ ਕਿਸੇ ਨੇ ਬਾਂਹ ਨਹੀਂ ਫੜੀ ਉਸ ਵਕਤ, ਪਰ ਮੈਂ
ਅਗਰ ਮੇਰਾ ਕੰਮ ਹੀ ਚੱਲਦਾ ਹੁੰਦਾ, ਮੇਰੇ ਭੈਣ ਭਰਾ ਜਾਂ ਪੰਜਾਬੀ ਵੀਰਾਂ ਨੇ ਸਾਥ ਦਿੱਤਾ ਹੁੰਦਾ ਤਾਂ ਮੈਨੂੰ ਕਿਸੇ ਕੋਲੋਂ ਮੰਗਣ ਦੀ ਲੋੜ ਨਹੀਂ ਸੀ ਪੈਣੀ। ਜ਼ਰੂਰ ਜੀ, ਅਸੀਂ ਇਹ ਤਾਂ ਸੋਚਦੇ ਹਾਂ ਕਿ ਪ੍ਰਵਾਸੀ ਜਿਹੜੇ ਨੇ ਪੰਜਾਬ ਤੋਂ ਭਜਾਓ, ਪਰ ਪ੍ਰਵਾਸੀ ਭਜਾਉਣ ਤੋਂ ਪਹਿਲਾਂ ਅਸੀਂ ਪੰਜਾਬੀ ਸੰਭਾਲ ਲਈਏ। ਸਾਡੇ ਪੰਜਾਬੀ ਵੀਰ ਜਿਹੜੇ ਟੁੱਟੇ ਹੋਏ ਨੇ, ਉਹ ਆਪਣੀ ਮਿਹਨਤ ਨਾਲ ਰੋਜ਼ੀ ਰੋਟੀ ਚਲਾ ਰਹੇ ਨੇ, ਪਰ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਮਜਬੂਰੀਆਂ ਨੇ। ਭਰਾ ਦੀ ਰੇਹੜੀ ਨਹੀਂ ਚੱਲਦੀ, ਪੈਸੇ ਨਹੀਂ ਸੀ, ਸੋਹਣੀ ਜਿਹੀ ਧੀ ਸੀ ਜਿਹਨੇ ਜਨਮ ਲਿਆ ਸੀ, ਤਾਂ ਦੂਜੇ ਦਿਨ ਹੀ ਉਹ ਰੱਬ ਨੂੰ ਪਿਆਰੀ ਹੋ ਗਈ। ਜੇ ਪੈਸੇ ਹੁੰਦੇ ਵੀਰ ਦੀ ਜੇਬ ਦੇ ਵਿੱਚ, ਤਾਂ ਅੱਜ ਉਸ ਧੀ ਜਿਹੜੀ ਸੋਹਣੀ ਜਿਹੀ ਧੀ ਆ ਵੀਰ ਦੇ ਪਰਿਵਾਰ ਦੇ ਵਿੱਚ ਹੁੰਦੀ, ਹੱਸਦਾ ਖੇਡਦਾ ਪਰਿਵਾਰ ਹੁੰਦਾ। ਪਰ ਪੈਸਿਆਂ ਦੀ ਵਜ੍ਹਾ ਨਾਲ ਵੀਰ ਦੀ ਧੀ ਇਸ ਦੁਨੀਆ ਤੋਂ ਅਲਵਿਦਾ ਕਹਿ ਦੀ, ਇਸ ਦੁਨੀਆ ਨੂੰ ਛੱਡ ਗਈ। ਤਾਂ ਹਾਲਾਤ ਇਹੋ ਜਿਹੇ ਬਣੇ ਹੋਏ ਨੇ। ਐਕਸੀਡੈਂਟ ਹੋਇਆ ਵੀਰ ਦਾ, ਤਾਂ ਮੋਟਰਸਾਈਕਲ ਤਾਂ ਹੀ ਵੇਚਣਾ ਪਿਆ। ਹੁਣ ਤਾਂ ਕਿਵੇਂ ਆਉਂਦੇ ਹੋ ਤੁਸੀਂ ਪਿੰਡੋਂ, ਕਿੰਨੀ ਦੂਰੋਂ ਆਉਂਦੇ ਹੋ, ਨੇੜੇ ਰਹਿੰਦੇ ਆ ਜਾਂ ਦੂਰੋਂ ਆਉਂਦੇ? ਵੇਖੋ ਜੀ, ਇੱਥੋਂ 20-22 ਕਿਲੋਮੀਟਰ ਦੂਰ ਆ ਮੇਰਾ ਪਿੰਡ ਚਗਾਵਾਂ। ਉੱਥੋਂ ਆਉਂਦਾ ਹਾਂ ਮੈਂ, ਉੱਥੋਂ ਡੇਲੀ ਦਾ ਅਪ ਡਾਊਨ ਹੁੰਦਾ ਹੈ, ਅਤੇ ਲੱਤ ਟੁੱਟਣ ਕਾਰਨ ਜਿਹੜੇ ਕੰਮ 'ਤੇ ਵੀ ਮੈਂ ਥੋੜ੍ਹਾ ਲੇਟ ਆਇਆ, ਅਤੇ ਉਹਨੇ ਜਿੰਨੀ ਡਾਕਟਰ ਰੈਸਟ ਦੱਸੀ ਉਹ ਵੀ ਨਹੀਂ ਹੋਈ ਕੰਮ 'ਤੇ ਆਉਣ ਕਰਕੇ ਮੈਂ ਲੱਤ ਵੀ ਸਜਾਲੀ ਅਤੇ ਮੇਰਾ ਕੰਮ ਬਣਾ ਚੱਲਿਆ। ਵਾਈਫ ਦਾ ਓਪਰੇਸ਼ਨ ਹੋਇਆ ਅਤੇ 10-12 ਹਜ਼ਾਰ ਡਾਕਟਰ ਨੇ ਬਿੱਲ ਬਣਾ ਦਿੱਤਾ, ਹੋਰ ਦਵਾਈਆਂ ਦਵੂਈਆਂ ਪਾ ਕੇ, ਅਤੇ ਉਹਦੇ ਕਾਰਨ ਮੈਨੂੰ ਆਪਣਾ ਮੋਟਰਸਾਈਕਲ ਵੀ ਵੇਚਣਾ ਪਿਆ। ਵਾਈਫ ਨੂੰ ਘਰ ਲਿਆਂਦਾ, ਅਤੇ ਬੇਟੀ ਦਾ ਜਿਹੜਾ ਇਹਨਾਂ ਹੱਥਾਂ ਨਾਲ ਆ, ਮੈਂ ਆਪਣੀ ਬੇਟੀ ਜਿਹੜੀ ਨੱਪੀ ਹੋਈ ਆ, ਮੇਰੇ ਲੂੰ ਤੱਕ ਵਰੁੰਦਰੇ ਗਿਆ ਵੀ ਇਹ ਮੇਰੇ ਨਾਲ ਕੀ ਹੋ ਗਿਆ। ਕਿਸੇ ਸਰਕਾਰੀ ਬੰਦੇ 'ਤੇ ਛੱਡੋ, ਸਾਡੀ ਸੰਸਥਾ ਜਾਂ ਸਾਡੇ ਕੋਈ ਪੰਥਕ ਆਗੂ ਜਾਂ ਲੀਡਰ, ਕਿਸੇ ਨੇ ਕੋਈ ਮਦਦ ਨਹੀਂ ਕੀਤੀ। ਅਗਰ ਅੱਜ ਮੈਂ ਇੱਥੇ ਕੁਝ ਗਲਤ ਕਰਨ ਡਿਆ ਪਿਆ ਜਾਂ ਗਲਤ ਵੇਚਣ ਡਿਆ ਪਿਆ, ਅਤੇ ਬੜੇ ਸਾਰੇ ਜਿਹੜੀਆਂ ਸੰਸਥਾ ਮੇਰੇ ਉੱਤੇ ਚੜ੍ਹਨੀਆਂ, ਤੂੰ ਗਾਤਰਾ ਪਾ ਕੇ ਗਲਤ ਕਰ ਰਿਹਾ ਜਾਂ ਗਲਤ ਵੇਚ ਰਿਹਾ। ਹੁਣ ਜਿਹੜਾ ਡਰ ਆ ਮੇਰੇ ਵਿੱਚੋਂ ਨਿਕਲ ਚੁੱਕਾ ਕਿ ਮੈਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰ ਸਕਦਾ, ਕਿਉਂਕਿ ਜਦੋਂ ਮੈਂ ਸਹੀ ਕੀਤਾ ਸੀ ਮੇਰੀ ਕਿਸੇ ਨੇ ਮਦਦ ਨਹੀਂ ਕੀਤੀ, ਕਿਸੇ ਨੇ ਬਾਹ ਨਹੀਂ ਫੜੀ। ਹੁਣ ਮੈਂ ਚੰਗਾ ਕਰਾਂ ਮਾੜਾ ਕਰਾਂ, ਹੁਣ ਮੈਨੂੰ ਕਿਸੇ ਦਾ ਡਰ ਨਹੀਂ, ਕਿਉਂਕਿ ਹੁਣ ਮੈਂ ਜਿਹੜਾ ਨਾਮ ਨਹੀਂ ਮੈਨੂੰ ਲੈਣਾ ਚਾਹੀਦਾ, ਕਿਉਂਕਿ ਮੈਂ ਇੱਕ ਸਿੱਖ ਹਾਂ। ਹੁਣ ਮੈਂ ਇੱਥੇ ਅਗਰ ਆਂਡਿਆਂ ਦੀ ਰੇਹੜੀ ਲਾਦਾਂ ਜਾਂ ਆਮਲੇਟ ਬਣਾਉਣੀ ਸ਼ੁਰੂ ਕਰਦਾ, ਮੀਟ ਵੇਚਣਾ ਸ਼ੁਰੂ ਕਰਦਾ, ਅਤੇ ਸਾਰਾ ਮੇਰਾ ਕੰਮ ਵੀ ਚੱਲ ਜਾਣਾ ਹੈ, ਅਤੇ ਲੋਕਾਂ ਨੇ ਆਉਣਾ ਵੀ ਸ਼ੁਰੂ ਕਰ ਦੇਣਾ। ਹੁਣ ਮੈਂ ਚੰਗੀ ਚੀਜ਼ ਲਾਈ ਆ ਅਤੇ ਲੋਕ ਮੇਰਾ ਸਾਥ ਹੀ ਨਹੀਂ ਦੇ ਰਹੇ। ਦੇਖੋ, ਧੀ ਦਾ ਦਰਦ ਅਸੀਂ ਨਹੀਂ ਸਮਝ ਸਕਦੇ, ਤੁਹਾਡੀ ਧੀ ਅਲਵਿਦਾ ਕਹਿ ਗਈ ਇਸ ਦੁਨੀਆ ਨੂੰ, ਬਹੁਤ ਮਾੜੀ ਗੱਲ ਹੈ। ਜੇ ਪੈਸੇ ਹੁੰਦੇ ਤਾਂ ਅੱਜ ਸਾਡੀ ਬੱਚੀ ਸਾਡੇ ਨਾਲ ਹੁੰਦੀ, ਧੀ ਸਾਡੀ ਨਾਲ ਹੁੰਦੀ। ਪਰ ਜੋ ਤੁਸੀਂ ਸੋਚ ਰਹੇ ਹੋ ਜੇ ਰੇਹੜੀ ਦਾ ਜਿਵੇਂ ਆਂਡਾ ਮੱਛੀ ਜਾਂ ਮੀਟ ਮੱਛੀ ਵੇਚਣਾ, ਉਹ ਪੂਰੀ ਤਰ੍ਹਾਂ ਸਹੀ ਨਹੀਂ ਹੈ, ਕਿਉਂਕਿ ਤੁਸੀਂ ਰੱਬ ਦਾ ਨਾਮ ਜਪਦੇ ਹੋ, ਰੱਬ ਦੇ ਨਾਮ ਨਾਲ ਜੋੜਦੇ ਹੋ, ਤਾਂ ਫਿਰ ਉਸ ਪਾਸੇ ਵੱਲ ਧਿਆਨ ਜਾਣਾ ਵੀ ਮਾੜੀ ਗੱਲ ਹੈ। ਕਿਵੇਂ ਦੇਖ, ਕਿਉਂ ਇਸ ਤਰ੍ਹਾਂ ਦੇ ਮਨ ਦੇ ਵਿੱਚ ਵਿਚਾਰ ਆਏ ਨੇ, ਕਿਉਂ ਇਸ ਤਰ੍ਹਾਂ ਸੋਚ ਰਹੇ ਹੋ ਕਿ ਅੱਜ ਆਂਡਾ ਮੱਛੀ ਲਾਉਣ ਦੀ ਕਿਉਂ ਨੌਬਤ ਆਈ? ਵੇਖੋ ਜੀ, ਇਹ ਤਾਂ ਮੇਰਾ ਚੱਲ ਨਹੀਂ ਰਿਹਾ। ਅਗਰ ਹੋਰ 10 ਦਿਨ ਚਲਾ ਲਾਂਗਾ ਮੈਂ ਆਪਣੇ, 15 ਦਿਨ ਜਾਂ 20 ਦਿਨ ਕਿਤਿਓਂ ਚਲਾ ਲਾਂਗਾ ਮੈਂ ਆਪਣੀ, ਮਤਲਬ ਜਿੰਨੀ ਕੰਮ ਦਿਨਿਆ ਮੇਰੀ। ਹੁਣ ਸਵੇਰ ਦਾ 1500-1200 ਰੁਪਈਆ ਮੈਂ ਲਾਇਆ ਹੈ, ਹਫ਼ਤਾ ਹੋ ਗਿਆ ਮੈਂ ਵਿਹਲਾ ਬਹਿ ਕੇ ਜਾ ਰਿਹਾ, ਕੋਈ ਜਿਹੜੇ ਸਾਡੇ ਅੰਮ੍ਰਿਤਸਰ ਸ਼ਹਿਰ ਵਾਸੀ ਆ ਮੇਰਾ ਸਾਥ ਨਹੀਂ ਦੇ ਰਿਹਾ ਜਾਂ ਭੈਣ ਭਰਾ ਆਪਣੇ ਨਹੀਂ ਸਾਥ ਦੇ ਰਿਹਾ, ਅਤੇ ਹੁਣ ਬੰਦਾ ਅੱਕ ਕੇ ਕਰਦਾ ਜੋ ਵੀ ਕਰਦਾ। ਹੁਣ ਕੰਮ ਮੈਨੂੰ ਲੱਗਦਾ ਵੀ ਬਦਲ ਲੈਣਾ ਚਾਹੀਦਾ। ਪਰ ਮੈਨੂੰ ਨਹੀਂ ਜਾਪਦਾ ਕਿ ਇਹ ਜ਼ਮੀਰ ਆਵਾਜ਼ ਦਿੰਦਾ ਸਾਡਾ, ਅਸੀਂ ਤੁਹਾਨੂੰ ਸਲਾਹ ਦਈਏ ਜਾਂ ਤੁਹਾਨੂੰ ਅਪੀਲ ਕਰੀਏ ਇਸ ਤਰ੍ਹਾਂ ਦੀਆਂ ਚੀਜ਼ਾਂ ਉਤਰੋ, ਕਿਉਂ ਰੱਬ ਦੇ ਨਾਮ ਨਾਲ ਜੁੜੇ ਹੋਏ ਹੋ, ਰੱਬ ਦਾ ਨਾਮ ਲੈਂਦੇ ਹੋ। ਬੜੀਆਂ ਵਧੀਆ ਲਾਈਨਾਂ ਵੀ ਲਿਖੀਆਂ ਨੇ ਕਿ 5 ਪੌੜੀਆਂ ਜਪੋ ਜੀ ਸਾਹਿਬ ਦਾ ਪਾਠ ਸੁਣਾਓ, ਅਤੇ ਜੇ ਇਸ ਤਰ੍ਹਾਂ ਦੀ ਰੱਬ ਦੇ ਭਰੋਸਾ ਰੱਖੋਗੇ ਤਾਂ ਸਾਰੇ ਦਰਦ ਦੂਰ ਹੋ ਜਾਂਦੇ ਨੇ। ਪਰ ਜੇ ਤੁਸੀਂ ਸੋਚੋ ਕਿ ਆਪਣੇ ਰੋਜ਼ੀ ਰੋਟੀ ਬਦਲ ਲਓ, ਨਿੰਬੂ ਪਾਣੀ ਤਾਂ ਤੁਸੀਂ ਆਂਡਾ ਮੱਛੀ ਵੇਚੋ, ਇਹ ਜਾਇਜ਼ ਨਹੀਂ। ਅਸੀਂ ਵੀ ਅਪੀਲ ਕਰਦੇ ਹਾਂ ਕਿ ਉੱਧਰ ਧਿਆਨ ਦੇਣ ਦੀ ਲੋੜ ਨਹੀਂ ਵੀਰੇ, ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਨੇ ਬੰਦਿਆਂ ਦੇ, ਪਰ ਹਾਰਨਾ ਨਹੀਂ ਚਾਹੀਦਾ। ਤੁਸੀਂ ਤਾਂ ਰੱਬ ਦੇ ਨਾਮ ਨਾਲ ਜੁੜੇ ਹੋਏ ਹੋ, ਤੁਹਾਡੇ ਜਿਹਾ ਬਹੁਤ ਹੌਸਲਾ ਹੈ, ਜ਼ਿਆਦਾ ਹੈ। ਅਸੀਂ ਟੁੱਟ ਜਾਂਦੇ, ਆਮ ਬੰਦਾ ਟੁੱਟ ਜਾਂਦਾ, ਪਰ ਤੁਹਾਨੂੰ ਟੁੱਟਣਾ ਨਹੀਂ ਚਾਹੀਦਾ। ਤੁਹਾਡੇ ਵੱਲ ਵੇਖ ਕੇ ਬਹੁਤਿਆਂ ਨੂੰ ਸੇਧ ਮਿਲਦੀ ਹੈ, ਤਾਂ ਸਾਡੀ ਅਪੀਲ ਹੈ ਕਿ ਉੱਧਰ ਧਿਆਨ ਨਾਲ ਲਾਓ, ਤੁਸੀਂ ਇਸੇ ਰੋਜ਼ੀ ਰੋਟੀ ਨੂੰ ਵਧੀਆ ਤਰ੍ਹਾਂ ਚਲਾਓ।
ਵੇਖੋ ਜੀ, ਮੈਂ ਤਾਂ ਪੂਰੀ ਕੋਸ਼ਿਸ਼ ਕਰ ਰਿਹਾ, ਜਿੰਨੇ ਯੋਗਾ ਹੈਗਾ ਮੈਂ ਕਰ ਰਿਹਾ ਹੈ, ਅਤੇ ਅੱਗੇ ਵੀ ਮੈਂ ਚਾਹੁੰਦਾ ਵੀ ਜਿੰਨੀ ਕੁ 30-35 ਸਾਲ ਲੰਘ ਗਈ ਆ, ਜਿਹੜੀ ਰਹਿ ਗਈ ਆ ਥੋੜ੍ਹੀ ਬਹੁਤੀ, ਉਹ ਵੀ ਮਾਲਕ ਕਿਰਪਾ ਕਰੇ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਰਹੀਏ, ਲੰਘ ਜਾਵੇ। ਹੁਣ ਮੈਂ ਚਾਹੁੰਦਾ ਵੀ ਮੇਰੇ ਭੈਣ ਭਰਾ ਜਾਂ ਪੰਜਾਬੀ ਵੀਰ ਅਗਰ ਇਹੀ ਸਕੰਮ ਦਾ ਸਾਥ ਦੇਣ, ਅਗਰ ਦਹੀਂ ਭੱਲੇ ਮੈਂ ਵੇਚਦਾ, ਦਹੀਂ ਭੱਲੇ ਪ੍ਰਵਾਸੀ ਮਜ਼ਦੂਰ ਵੇਚਦੇ, ਵੱਖਰਾ ਤਾਂ ਨਹੀਂ ਨਾ ਕੁਛ। ਹੁਣ ਪਿਛਲੇ ਪੂਰੇ ਹਫ਼ਤੇ ਤੋਂ ਮੈਂ ਫ੍ਰੀ ਵਿਹਲਾ ਬੈਠਾ ਹਾਂ, ਕਿੰਨੇ ਕੁ ਦਿਨ ਮੈਂ ਕਰ ਲਵਾਂਗਾ? ਕੰਮ ਚੱਲਦਾ, ਮਤਲਬ ਸਾਥ ਕਿਉਂ ਨਹੀਂ ਦੇ ਰਹੇ ਲੋਕ? ਕੋਈ ਜਥੇਬੰਦੀ ਸਾਥ ਨਹੀਂ ਦੇ ਰਹੀ। ਮਾੜਾ ਸਮਾਂ ਸੀ ਜਦੋਂ ਤੁਹਾਡੇ ਦੇ ਤੁਹਾਡੀ ਧੀ ਇਸ ਦੁਨੀਆ ਤੋਂ ਚਲੀ ਗਈ, ਕਿਸੇ ਭੈਣ ਭਰਾ ਰਿਸ਼ਤੇਦਾਰ ਜਾਂ ਸੰਸਥਾਵਾਂ ਵਾਲਿਆਂ ਨਾਲ ਤੁਸੀਂ ਰਾਬਤਾ ਬਣਾਇਆ, ਕਿਸੇ ਨੂੰ ਅਪੀਲ ਲਾਈ ਸੀ ਵੀ ਤੁਹਾਨੂੰ ਪੈਸਿਆਂ ਦੀ ਲੋੜ ਹੈ, ਇਲਾਜ ਵਾਸਤੇ ਮਦਦ ਦੀ ਲੋੜ ਹੈ? ਬੜਿਆਣਾ ਸਰ, ਜਿੰਨੇ ਜਿੱਥੋਂ ਤੱਕ ਮੇਰੀ ਵਾਹ ਸੀ, ਜਿੱਥੋਂ ਤੱਕ ਮੇਰੇ ਲਿੰਕ ਸੀ, ਮੈਂ ਬੜਿਆਂ ਗਾੜੀ ਹੱਥ ਜੋੜੇ, ਬੜਿਆਂ ਨੂੰ ਬੜਾ ਕੁਛ ਕਿਹਾ, ਪਰ ਕੁਝ ਵੀ ਹਾਸਲ ਨਹੀਂ ਹੋਇਆ। ਹੁਣ ਜਿਹਦੇ ਕਰਕੇ ਮੈਨੂੰ ਅੰਦਰੋਂ ਮੈਂ ਆਪਣੇ ਆਪਣਾ ਪੂਰੀ ਤਰ੍ਹਾਂ ਨਾ ਮੈਂ ਸੌ ਪਾ ਰਿਹਾ ਹੈ, ਨਾ ਮੈਨੂੰ ਨੀਂਦ ਆਉਂਦੀ ਆ, ਨਾ ਮੈਂ ਰੋਟੀ ਖਾ ਰਿਹਾ ਸਹੀ ਢੰਗ ਨਾਲ, ਨਾ ਮੇਰਾ ਕੰਮ ਚੱਲਣ ਡਿਆ, ਬੜਾ ਮੁਸ਼ਕਲ ਹੋ ਰਿਹਾ ਵਾ। ਕਿੰਨੇ ਕੁ ਪੈਸੇ ਉਧਾਰ ਫੜਲੇ ਸੀ ਇਲਾਜ ਵਾਸਤੇ, ਕਿ ਕਿੰਨਾ ਕੁ ਪੈਸੇ ਹੁਣ ਤੁਹਾਡੇ ਸਿਰ 'ਤੇ ਨੇ ਜਿਹੜੇ ਤੁਸੀਂ ਲਾਉਣ ਵਾਲੇ ਨੇ ਉਧਾਰ ਫੜੇ ਹੋਏ? ਵੇਖੋ ਜੀ, ਉਧਾਰ ਤਾਂ ਕਿਸੇ ਨੇ ਦਿੱਤੇ ਨਹੀਂ, ਮੈਂ ਡੇਲੀ ਬੇਸ 'ਤੇ ਲਿਆ ਸੀ 15-20 ਹਜ਼ਾਰ ਰੁਪਈਆ, ਉਹ ਜਿਹੜਾ ਇਹ ਲਾਉਣ ਵਾਲਾ ਇੱਕ ਮੇਰਾ ਮੋਟਰਸਾਈਕਲ ਸੀ ਜਿਹੜਾ, ਉਹ ਮੈਂ 22,000 ਰੁਪਈਏ ਦਾ ਵੇਚਿਆ ਹੈ, ਜਿਹੜਾ ਮੇਰੇ ਕੋਲ ਸੀ ਵਾਈਫ ਨੂੰ ਫਿਰ ਹਸਪਤਾਲੋਂ ਛੁੱਟੀ ਵੀ ਦਵਾਉਣੀ ਸੀ, 12-12.5 ਹਜ਼ਾਰ 10-15 ਹਜ਼ਾਰ ਉਹਨਾਂ ਬਣਾ ਲਿਆ, ਫਿਰ ਦਵਾਈਆਂ ਬੂਟੀਆਂ, ਫਿਰ ਅਜੇ ਵੀ ਇਲਾਜ ਚੱਲ ਰਿਹਾ ਹੈ। ਹੁਣ ਮੇਰੀ ਕੰਮ ਤਾਂ ਮੇਰਾ ਇਹੋ ਹੀ ਆ, ਹੋਰ ਮੈਂ ਕੁਛ ਕਰ ਨਹੀਂ ਸਕਦਾ ਕਿਉਂਕਿ ਸਰੀਰ ਨਹੀਂ ਤੰਦਰੁਸਤ, ਲੱਤ ਟੁੱਟੀ ਹੋਈ ਆ, ਇਹੋ ਹੀ ਕੰਮ ਕਰਦਾ ਮੈਂ ਇਹਦੇ ਸਿਰ 'ਤੇ ਆ, ਪਰ ਇਹ ਵੀ ਨਾ ਚੱਲਿਆ ਤਾਂ ਫਿਰ ਕੀ ਕਰ ਸਕਦਾ। ਪਹਿਲੀ ਬੱਚੀ ਸੀ ਤੁਹਾਡੀ ਜਿਹੜੀ ਪੈਦਾ ਹੋਈ ਸੀ ਜਾਂ ਹੋਰ ਵੀ ਬੱਚੇ ਆਏ ਨੇ ਤੁਹਾਡੇ? ਨਹੀਂ, ਬੇਟਾ ਹੈ ਮੇਰਾ ਪਹਿਲਾਂ 2.5 ਸਾਲ ਦਾ, 3 ਸਾਲ ਦਾ ਬੇਟਾ। ਜਦੋਂ ਧੀ ਨੇ ਜਨਮ ਲਿਆ ਸੀ, ਬੜੀਆਂ ਉਮੀਦਾਂ ਸੀ ਕਿ ਚਲੋ ਲਕਸ਼ਮੀ ਆਈ ਹੈ ਸਾਡੇ ਘਰ, ਤਾਂ ਤੁਹਾਡੀ ਜਦੋਂ ਪਤਨੀ ਨੂੰ ਪਤਾ ਚੱਲਿਆ ਕਿ ਧੀ ਇਸ ਦੁਨੀਆ ਤੋਂ ਅਲਵਿਦਾ ਕਹਿ ਗਈ ਹੈ, ਪਹਿਲਾਂ ਉਹ ਬਿਮਾਰ ਸੀ, ਤਾਂ ਕੀ ਬੀਤੀ ਉਸ ਵੇਲੇ? ਉਹਨੇ ਮੈਨੂੰ ਇੱਕੋ ਗੱਲ ਕਹੀ, ਖਸਮਾਂ ਪੈ ਹਾਂ, ਦੁੱਖੋਂ ਮੇਰੀ ਧੀ ਗਈ ਆ, ਅਤੇ ਹੁਣ ਆਪਾਂ ਕਿੱਦਾਂ ਘਰ ਜਾਈਏ, ਕਿਹਦੇ ਸਿਰ 'ਤੇ ਜਾਈਏ, ਕੀ ਆ ਪੱਲੇ ਸਾਡੇ, ਕਿਹੜੇ ਕੰਮਾਂ ਨੂੰ ਲੱਗੇ ਹੋਏ ਆਪਾਂ? ਤੂੰ ਆਹ ਨਹੀਂ ਕਰ ਸਕਿਆ, ਤੂੰ ਆਹ ਨਹੀਂ ਕਰ ਸਕਿਆ, ਬੜਾ ਕੁਝ ਸੁਣਨ ਨੂੰ ਮਿਲਿਆ, ਬੜਾ ਕੁਝ ਸੁਣ ਰਿਹਾ ਹਾਂ, ਪਰ ਮੈਂ ਕੁਛ ਕਰ ਨਹੀਂ ਪਾ ਰਿਹਾ, ਸਿਰਫ ਮੈਂ ਮਿਹਨਤੀ ਹਾਂ, ਮਿਹਨਤ ਕਰ ਸਕਦਾ। ਕਿਉਂ ਭਾਅ ਜੀ, ਮੈਨੂੰ ਇਹ ਦੱਸੋ, ਰੱਬ ਦਾ ਨਾਮ ਜਪਦੇ ਹੋ, ਰੋਜ਼ਾਨਾ ਪਾਠ ਜਪਦੇ ਹੋ ਤੁਸੀਂ, ਤਾਂ ਰੱਬ ਨਾਲ ਨਾਰਾਜ਼ਗੀ ਹੋਈ ਸੀ ਉਸ ਵੇਲੇ ਕਿ ਰੱਬਾ ਜੇ ਧੀ ਦਿੱਤੀ ਆ ਤਾਂ ਲੰਬੀ ਉਮਰ ਵੀ ਦਿੰਦਾ ਜਾਂ ਪੈਸੇ ਦੇ ਦਿੰਦਾ? ਜੇ ਦਿਲ ਦੇ ਵਿੱਚ ਹੋਰ ਜ਼ਰੂਰ ਰਹਿੰਦਾ ਕਿ ਮੈਂ ਪੈਸਿਆਂ ਦੀ ਵਜ੍ਹਾ ਨਾਲ ਮੇਰੀ ਧੀ ਨਹੀਂ ਪੂਰੀ ਹੋਈ, ਚਲੋ ਜਨਮ ਮਰਨ ਰੱਬ ਦੇ ਹੱਥ ਹੈ, ਪਰ ਹਰਸਣਾ ਰਹਿੰਦਾ ਦਿਲ ਦੇ ਵਿੱਚ ਵੀ ਜੇ ਪੈਸੇ ਹੁੰਦੇ ਤਾਂ ਅੱਜ ਮੇਰੀ ਧੀ ਜਿੰਦਾ। ਬਿਲਕੁਲ ਜੀ ਬਿਲਕੁਲ, ਇਹ ਤਾਂ ਸਾਰੀ ਉਮਰ ਰਹਿਣਾ, ਹੁਣ ਪੂਰੀ ਜ਼ਿੰਦਗੀ ਰਹਿਣਾ, ਹੋ ਸਕਦਾ ਮਸ਼ੀਨ 'ਚ ਲਾ ਕੇ ਵੀ ਅਗਰ ਉਹ ਨਾ ਵੱਜਦੀ ਤਾਂ ਦੁੱਖ ਤਾਂ ਆਉਣਾ ਰਹਿੰਦਾ, ਕਿ ਆਪਾਂ ਲਵਾਈ ਨਹੀਂ। ਮੇਰੀ ਜਿਬ ਦੇ ਵਿੱਚ 2-250 ਰੁਪਇਆ ਸੀ ਉਦੋਂ, ਅਤੇ ਅਜਨਾਲੇ ਪ੍ਰਾਈਵੇਟ ਹਸਪਤਾਲ ਵਿੱਚ ਉਹ ਕਹਿੰਦੇ ਸੀ ਵੀ 25-30 ਹਜ਼ਾਰ 2 ਦਿਨ ਦਾ ਖਰਚਾ ਲੱਗਣਾ ਇਹਦਾ, ਅਤੇ ਸਰਕਾਰੀ ਤੱਕ ਉਹ ਕਹਿੰਦੇ ਮੁਸ਼ਕਲ ਹੋ ਜਾਣੀ, ਪਹੁੰਚ ਨਹੀਂ ਪਾਉਣਾ ਸਰਕਾਰੀ ਤੱਕ, ਉਹ ਕਈ ਸਾਰੀਆਂ ਮੁਸੀਬਤਾਂ, ਆਹ ਕਾਰਡ ਨਹੀਂ ਹੈਗਾ ਤੁਹਾਡਾ, ਆਹ ਕਾਰਡ ਨਹੀਂ ਹੈਗਾ, ਆਹ ਨਹੀਂ ਹੈਗਾ, ਇੱਦਾਂ ਨਹੀਂ ਹੈਗਾ, ਫਿਰ ਅਸੀਂ ਬੜੇ 6-6 'ਚ ਪੈ ਰਹੇ, ਜਿਹੜਾ ਸਾਨੂੰ ਪ੍ਰਾਈਵੇਟੋਂ ਕੇਸ ਕਰਾਉਣਾ ਪਿਆ, ਜਿਹਦੇ ਕਰਕੇ ਸਾਡਾ ਬਹੁਤ ਸਾਰਾ ਨੁਕਸਾਨ ਹੋਇਆ ਹੈ। ਮੈਂ ਸੋਨੇ ਵਰਗੀ ਧੀ ਗਵਾ ਕੇ ਅੱਜ ਬੜਾ ਪਛਤਾ ਰਿਹਾ। ਹਾਂ ਜ਼ਰੂਰ, ਇਹ ਨੌਜਵਾਨ ਵੀਰ ਸਾਡਾ ਜਿਹੜਾ ਇਹ ਸਦੇੜੀ 'ਤੇ ਵਿਹਲਾ ਬੈਠਾ ਨਜ਼ਰ ਆ ਰਿਹਾ ਸੀ, ਪਰ ਅੰਦਰੋਂ ਵੀ ਟੁੱਟਿਆ ਹੋਇਆ ਵੀਰ ਹੈ, ਮੁਸੀਬਤਾਂ ਚਾਰੋਂ ਪਾਸੋਂ ਪਈਆਂ ਨੇ, ਮੁਸੀਬਤਾਂ ਨੂੰ ਹੰਢਾ ਰਿਹਾ ਹੈ ਅਤੇ ਮੁਸੀਬਤਾਂ ਨਾਲ ਲੜ ਵੀ ਰਿਹਾ ਹੈ, ਚਾਹੇ ਰੱਬ ਦਾ ਨਾਮ ਰੋਜ਼ਾਨਾ ਜਪਦਾ ਹੈ ਪਰ ਇਸ ਵੇਲੇ ਟੁੱਟਿਆ ਹੋਇਆ ਹੈ, ਰੱਬ ਨਾਲ ਨਾਰਾਜ਼ਗੀ ਵੀ ਹੋਈ ਕਿ ਰੱਬਾ ਰੋਜ਼ਾਨਾ ਨਾਮ ਜਪੀਦਾ ਹੈ, ਫਿਰ ਵੀ ਹਾਲਾਤ ਇਹੋ ਜਿਹੇ ਬਣਾ ਦਿੱਤੇ ਕਿ ਅੱਜ ਜਿਹੜੀ ਸੋਹਣੀ ਜਿਹੀ ਧੀ ਸੀ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈ, ਉਸ ਪਰਿਵਾਰ ਦੇ ਵਿੱਚ ਨਹੀਂ ਹੈ। ਤਾਂ ਜ਼ਰੂਰ ਮਨ ਭਰ ਆਉਂਦਾ ਹੈ ਜਦੋਂ ਵੀਰ ਦੀ ਇਹ ਦਰਦ ਭਰੀ ਦਾਸਤਾਨ ਸੁਣੀ ਹੈ,
ਮੈਨੂੰ ਤਾਂ ਇਹ ਸੀ ਕਿ ਵੀਰ ਵਿਹਲਾ ਬੈਠਾ ਪਰ ਇੰਨੀਆਂ ਮੁਸੀਬਤਾਂ ਨਾਲ ਲੜ ਰਿਹਾ, ਇੰਨੀਆਂ ਮੁਸੀਬਤਾਂ ਪਈਆਂ, ਟੁੱਟਿਆ ਵੀਰ ਤੇ ਫਿਰ ਵੀ ਮਿਹਨਤ ਨਾਲ ਆਪਣਾ ਪਰਿਵਾਰ ਪਾ ਰਿਹਾ ਤਾਂ ਹੁਣ ਅੰਦਰੋਂ ਟੁੱਟਿਆ ਪੂਰੀ ਤਰ੍ਹਾਂ। ਸੋਚ ਰਿਹਾ ਜੀ ਜੇ ਸਾਫ਼ ਸੁਥਰੀਆਂ ਚੀਜ਼ਾਂ ਨਹੀਂ ਇੱਥੇ ਆ ਰਹੇ, ਪੰਜਾਬੀ ਪਹੁੰਚ ਹੀ ਨਹੀਂ ਰਹੇ ਇਸ ਰੇਹੜੀ ਦੇ, ਚਾਹੇ ਨਿੰਬੂ ਪਾਣੀ ਵੇਚ ਰਿਹਾ, ਨਿੰਬੂ ਪਾਣੀ ਪੀਣ ਲਈ ਨਹੀਂ ਆ ਰਹੇ, ਧੁੱਪ ਇੰਨੀ ਹੈ ਫਿਰ ਨਹੀਂ ਪੀਣ ਲਈ ਆਉਂਦੇ, ਹੈਂ ਦਹੀਂ ਭੱਲੇ ਤਾਂ ਹੀ ਵੇਚ ਰਿਹਾ ਵੀਰ, ਪਰ ਫਿਰ ਵੀ ਇਸ ਰੇਹੜੀ ਦੇ ਲੰਬੀਆਂ ਲਾਈਨਾਂ ਨਹੀਂ ਹੈ, ਭੀੜ ਨਹੀਂ ਹੈ ਤਾਂ ਅੰਦਰੋਂ ਟੁੱਟਿਆ ਹੋਇਆ। ਸੋਚ ਰਿਹਾ ਜੀ ਹੁਣ ਜਿਹੜੀਆਂ ਚੀਜ਼ਾਂ ਦਾ ਇਹਨਾਂ ਨੂੰ ਨਾਮ ਵੀ ਨਹੀਂ ਲੈਣਾ ਚਾਹੀਦਾ ਉਸ ਚੀਜ਼ ਦੀ ਰੇਹੜੀ ਲਾਉਣ ਵਾਸਤੇ, ਆਂਡੇ ਮੀਟ ਦੀ, ਤਾਂ ਅਸੀਂ ਵੀ ਅਪੀਲ ਕੀਤੀ ਹੈ ਵੀਰ ਨੂੰ, ਬੇਨਤੀ ਲਾਈ ਹੈ ਹੱਥ ਜੋੜ ਕੇ, ਵੀਰਾ ਮਿਹਨਤ ਨੂੰ ਤਰਜੀਹ ਦੇ, ਨਿੰਬੂ ਪਾਣੀ ਦਹੀਂ ਭੱਲੇ ਵੇਚ, ਰੱਬ ਨੇ ਸੁਣਨੀ ਹੋਈ ਤਾਂ ਇੱਥੇ ਸੁਣ ਲੈਣੀ ਹੈ, ਨਹੀਂ ਸੁਣਨੀ ਤਾਂ ਚਾਹੇ ਮੀਟ ਮੱਛੀ ਵੇਚ ਚਾਹੇ ਆਂਡੇ ਵੇਚ, ਫਿਰ ਵੀ ਪਛਤਾਉਣਾ ਪੈਣਾ। ਤਾਂ ਹੁਣ ਇੱਥੇ ਮਿਹਨਤ ਨਾਲ ਆਪਣਾ ਪਰਿਵਾਰ ਚਲਾ, ਤਾਂ ਵੀਰੇ ਸਾਡੀ ਫਿਰ ਤੋਂ ਹੱਥ ਜੋੜ ਕੇ ਅਪੀਲ ਹੈ ਕਿ ਉੱਧਰ ਨੂੰ ਧਿਆਨ ਦੇਣ ਦੀ ਵੀ ਲੋੜ ਨਹੀਂ ਹੈ, ਤੁਸੀਂ ਤਾਂ ਰੱਬ ਦਾ ਨਾਮ ਲੈਂਦੇ ਹੋ, ਬਹੁਤ ਸਾਰੇ ਇਹੋ ਜਿਹੇ ਨੇ ਟੁੱਟ ਜਾਂਦੇ ਨੇ ਹਾਰ ਜਾਂਦੇ ਨੇ ਮੁਸੀਬਤਾਂ ਦੇ ਵੇਲੇ, ਪਰ ਤੁਸੀਂ ਰੱਬ ਦੇ ਉਹ ਨੁਮਾਇੰਦੇ ਚੁਣੇ ਹੋਏ ਹੋ ਜਿਨ੍ਹਾਂ ਨੂੰ ਰੱਬ ਨੇ ਆਪਣੇ ਨਾਮ ਨਾਲ ਜੋੜਿਆ ਹੋਇਆ, ਅਤੇ ਜੇ ਤੁਸੀਂ ਇਸ ਤਰ੍ਹਾਂ ਸੋਚੋਗੇ ਤਾਂ ਦੂਜਿਆਂ ਦਾ ਦਿਲ ਟੁੱਟ ਜਾਣਾ ਜਿਨ੍ਹਾਂ ਨੂੰ ਰੱਬ ਦੇ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ। ਜੇ ਤੁਹਾਡੀਆਂ ਇਹ ਹਾਲਾਤ ਬਣ ਜਾਣ ਜੇ ਤਾਂ ਜਿਨ੍ਹਾਂ ਨੇ ਰੱਬ ਦਾ ਨਾਮ ਜਪਦੇ ਨੇ ਸਵੇਰੇ ਸ਼ਾਮ 4 ਵਜੇ ਉੱਠ ਜਾਂਦੇ ਨੇ, ਉਹਨਾਂ ਦੀਆਂ ਉਮੀਦਾਂ ਵੀ ਟੁੱਟ ਜਾਣੀਆਂ। ਅਤੇ ਸਾਡੀ ਅਪੀਲ ਹੈ ਇਸੇ ਰੋਜ਼ੀ ਰੋਟੀ ਨੂੰ ਵਧੀਆ ਤਰ੍ਹਾਂ ਚਲਾਓ, ਉੱਧਰ ਧਿਆਨ ਦੇਣ ਦੀ ਲੋੜ। ਵੇਖੋ ਜੀ, ਅਗਰ ਮੈਂ ਗਲਤ ਕਰ ਕਹਿ ਰਿਹਾ ਤਾਂ ਜ਼ਰੂਰ ਮੈਂ ਮਾਫ਼ੀ ਮੰਗੂੰਗਾ, ਪਰ ਸਹੀ ਕਰ ਰਿਹਾ ਤਾਂ ਕੋਈ ਸਾਥ ਨਹੀਂ ਦੇ ਰਿਹਾ, ਕੋਈ ਜਥੇਬੰਦੀ ਨਹੀਂ, ਕੋਈ ਆਗੂ ਨਹੀਂ, ਕੋਈ ਮਤਲਬ ਤੁਸੀਂ ਸੁਣਿਆ ਹੋਣਾ ਹੈ ਜਿਹੜੇ ਗਲਤ ਕਰ ਰਹੇ ਆ, ਗਲਤ ਪਾਸੇ ਜਾ ਰਿਹਾ ਉਹਦਾ ਜਥੇਬੰਦੀਆਂ ਵੀ ਸਾਥ ਦੇ ਰਹੀਆਂ, ਸਾਡਾ ਸਾਥ ਨਹੀਂ ਦੇ ਰਿਹਾ। ਅਗਰ ਮੈਂ ਗਲਤ ਕਰ ਰਿਹਾ ਫਿਰ ਮੇਰੇ 'ਤੇ ਬੜੇ ਚੜ੍ਹ ਕੇ ਆਉਣਗੇ, ਇਹੋ ਜਿਹੇ ਪੰਥਕ ਆਗੂ ਆਉਣਗੇ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ, ਇਹੋ ਜਿਹੀਆਂ ਸ਼ਖਸੀਅਤਾਂ ਮੇਰੇ ਕੋਲ ਆਉਣਗੀਆਂ ਵੀ ਜਿਨ੍ਹਾਂ ਨੂੰ ਮੇਰੇ ਨਾਲ ਕੋਈ ਜਾਣ ਪਛਾਣ ਨਹੀਂ, ਵੀ ਤੂੰ ਗਲਤ ਕਰ ਰਿਹਾ, ਬਾਣਾ ਪਾ ਗਲਤ ਕਰ ਰਿਹਾ, ਹੁਣ ਮੈਂ ਸਹੀ ਕਰ ਰਿਹਾ ਤਾਂ ਕੋਈ ਸਾਥ ਨਹੀਂ ਦਿੰਦਾ। ਅਤੇ ਮੈਂ ਵੀ ਇਹ ਬੇਨਤੀ ਕਰੂੰਗਾ ਵੀ ਆਹ ਜਿਹੜਾ ਸਾਉਣ ਭਾਦਰਾਂ ਦਾ ਮਹੀਨਾ, ਸਾਉਣ ਦਾ ਲੰਘ ਹੈ ਭਾਦਰਾਂ, ਇਹ ਮਹੀਨਾ ਮੈਂ ਸਾਰਾ ਚਲਾਵਾਂਗਾ, ਅਗਰ ਆਪ ਜੀ ਸਾਥ ਦਿਓਗੇ ਤਾਂ ਮੈਂ ਇਹਦੇ 'ਤੇ ਰਹਾਂਗਾ, ਅਤੇ ਕਿਰਪਾ ਮਾਲਕ ਕਰੇ ਜਿੰਨੇ ਕੁ ਸਵਾਸ ਰਹਿ ਗਏ ਉਹਦੀ ਕਿਰਪਾ ਦੇ ਨਾਲ ਉਹਦੇ ਬਾਣੇ 'ਚ ਰਹਿ ਕੇ ਨਿਭਾਈਏ, ਠੀਕ ਹੈ ਜੀ। ਅਤੇ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਜੇ ਮੈਂ ਗਲਤ ਬੋਲਿਆ ਤਾਂ ਮਾਫ਼ੀ ਆ, ਪਰ ਮੇਰਾ ਅਗਰ ਕੰਮ ਨਹੀਂ ਚੱਲਣ ਦਾ ਮੈਨੂੰ ਤਾਂ ਕਹਿਣਾ ਪੈ ਰਿਹਾ ਸਭ ਕੁਛ। ਤਾਂ ਜ਼ਰੂਰ ਵੀ ਟੁੱਟਾ ਹੋਇਆ ਅੰਦਰੋਂ, ਅਤੇ ਇਸ ਲਈ ਮਜਬੂਰੀਆਂ ਦੇ ਵਿੱਚ ਉਹਨਾਂ ਰਾਹਾਂ 'ਤੇ ਚੱਲਣ ਨੂੰ ਵੀ ਮਜਬੂਰ ਹੋਣਾ ਪੈ ਰਿਹਾ, ਜਿਨ੍ਹਾਂ ਰਾਹਾਂ ਬਾਰੇ ਇਸ ਵੀਰ ਨੂੰ ਸੋਚਣਾ ਵੀ ਪਾਪ ਹੈ। ਤਾਂ ਸਾਡੀ ਵੀ ਪੰਜਾਬੀਆਂ ਨੂੰ, ਅੰਮ੍ਰਿਤਸਰ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਆ ਕਿ ਆਉਂਦੇ ਜਾਂਦੇ ਇਸ ਰੇਹੜੀ 'ਤੇ ਆਓ, ਵੀਰ ਨੂੰ ਪੈਸਿਆਂ ਦੀ ਲੋੜ ਨਹੀਂ ਹੈ, ਸਿਰਫ ਤੁਹਾਡੇ ਸਾਥ ਦੀ ਲੋੜ ਹੈ। ਤੁਸੀਂ ਆਉਂਦੇ ਜਾਂਦੇ ਆ ਇਸ ਰੇਹੜੀ ਦੇ, ਆਉਂਦੇ ਜਾਂਦੇ ਆ ਵੀਰ ਦਾ ਹਾਲ ਚਾਲ ਜਾਣੋ, ਵੀਰ ਕੋਲੋਂ ਚਾਹੇ ਦਹੀਂ ਭੱਲੇ ਲਓ ਚਾਹੇ ਨਿੰਬੂ ਪਾਣੀ ਪੀ ਲਓ, ਤਾਂ ਇਸ ਦਾ ਸਾਥ ਦਿੱਤਾ ਜਾਣਾ। ਕੀ ਅਪੀਲ ਲਾਉਣੀ ਚਾਹੁੰਦੇ ਹੋ ਵੀਰ? ਅੰਮ੍ਰਿਤਸਰੀ ਜਿਹੜੇ ਭਰਾ ਨੇ ਆਪਣੇ, ਜਿਹੜੇ ਪੰਜਾਬੀ ਭਰਾ ਨੇ, ਹਮੇਸ਼ਾ ਹੀ ਬਾਂਹ ਫੜ ਲੈਂਦੇ ਨੇ, ਡੁੱਬਦੇ ਨੂੰ ਉਤਾਰ ਦਿੰਦੇ ਨੇ, ਅਤੇ ਲੋੜਵੰਦ ਨੂੰ ਉੱਥੋਂ ਤਾਂ ਹੀ ਲੈ ਜਾਂਦੇ ਨੇ ਜਿੱਥੋਂ ਤਾਂ ਉਸਨੇ ਸੋਚਿਆ ਵੀ ਨਹੀਂ ਹੁੰਦਾ, ਫਰਸ਼ ਤੋਂ ਅਰਸਤੇ ਲੈ ਜਾਂਦੇ ਨੇ ਪੰਜਾਬੀ ਵੀਰ। ਤਾਂ ਰਾਤੋਂ ਰਾਤ ਵੀਡੀਓ ਵਾਇਰਲ ਕਰ ਦਿੰਦੇ ਨੇ ਇਹੋ ਜਿਹੇ ਬੰਦਿਆਂ ਦੀਆਂ ਜਿਨ੍ਹਾਂ ਨੂੰ ਨਾ ਤਾਂ ਸੁਰ ਤਾਲ ਦਾ ਪਤਾ ਹੁੰਦਾ, ਨਾ ਉਹਨਾਂ ਦੇ ਵਿੱਚ ਕੋਈ ਹੁਨਰ ਹੁੰਦਾ, ਉਹਨਾਂ ਨੂੰ ਰੱਬ ਦੇ ਮਹਿਲਾਂ ਤਾਂ ਹੀ ਪਹੁੰਚਾ ਦਿੰਦੇ ਨੇ। ਕੀ ਅਪੀਲ ਲਾਉਂਦੇ ਉਹਨਾਂ ਪੰਜਾਬੀਆਂ ਨੂੰ? ਹੱਥ ਜੋੜ ਕੇ ਬੇਨਤੀ ਇਹ ਕਰਦਾ ਜੀ, ਮੈਨੂੰ ਪੈਸਿਆਂ ਦੀ ਲੋੜ, ਮੇਰਾ ਕੰਮ ਚੱਲੇ, ਮਿਹਨਤ ਕਰਾਂ ਅਤੇ ਫਿਰ ਮੈਂ ਆਪਣਾ ਪਰਿਵਾਰ ਪਾਲਾਂ। ਇਹੀ ਮੈਸੇਜ ਆ ਖਾਲਸਾ ਕਾਲਜ ਵੂਮੈਨ ਦੇ ਬਾਹਰ ਆਪਣੀ ਛੋਟੀ ਜਿਹੀ ਦੁਕਾਨ ਆ, ਮੇਰਾ ਕੰਮ ਚੱਲੇ, ਮੇਰਾ ਸਾਥ ਦਿਓ ਅਤੇ ਧੰਨਵਾਦ। ਠੀਕ ਹੈ, ਬਹੁਤ ਧੰਨਵਾਦ ਜੀ। ਤਾਂ ਜ਼ਰੂਰ ਜੀ, ਇਹ ਨੌਜਵਾਨ ਵੀਰ ਹੈ, ਅੰਮ੍ਰਿਤਧਾਰੀ ਵੀਰ ਹੈ ਸਾਡਾ, ਰੱਬ ਦਾ ਨਾਮ ਜਪਦਾ ਅਤੇ ਰੱਬ ਦੇ ਨਾਮ ਨਾਲ ਜੋੜਦਾ ਵੀ ਹੈ, ਰੱਬ ਦੇ ਨਾਮ ਨਾਲ ਇਸ ਲਈ ਜੋੜਦਾ ਜਿਹੜਾ ਇਸ ਰੇਹੜੀ 'ਤੇ ਆਉਂਦਾ ਉਹਨਾਂ ਨੂੰ 5 ਪੌੜੀਆਂ ਜਪੋ ਜੀ ਸਾਹਿਬ ਦਾ ਪਾਠ ਮੂੰਹ ਜ਼ਬਾਨੀ ਸੁਣਾਉਣ ਲਈ ਕਹਿੰਦਾ ਅਤੇ ਰੱਬ ਦੇ ਨਾਮ ਨਾਲ ਜੋੜਦਾ ਹੈ, ਅਤੇ ਜਲ ਜੀਰਾ ਜਾਂ ਸਰਬਤ ਜਾਂ ਕੋਈ ਵੀ ਚੀਜ਼ ਆ ਫ੍ਰੀ ਦੇ ਵਿੱਚ ਦਿੰਦਾ, ਦਹੀਂ ਭੱਲੇ ਤਾਂ ਹੀ ਫ੍ਰੀ ਦੇ ਵਿੱਚ ਦਿੰਦਾ ਜਿਹੜਾ ਰੱਬ ਦਾ ਨਾਮ ਜਪਦਾ ਹੈ। ਪਰ ਇਸ ਵੇਲੇ ਟੁੱਟਿਆ ਹੋਇਆ, ਹਾਲਾਤਾਂ ਦਾ ਮਾਰਿਆ ਹੋਇਆ, ਰੱਬ ਨੇ ਸੋਨੇ ਜਿਹੀ ਧੀ ਦਿੱਤੀ ਸੀ,
ਉਹ ਧੀ ਵੀ ਇਸ ਦੁਨੀਆਂ ਤੋਂ ਚਲੀ ਗਈ ਹੈ ਤਾਂ ਵੀਰ ਅੰਦਰੋਂ ਅੰਦਰ ਟੁੱਟਿਆ। ਜਿਸ ਦੇ ਬੱਚੇ ਇਸ ਜਹਾਨ ਤੋਂ ਤੁਰ ਜਾਂਦੇ ਨੇ ਉਹਨਾਂ ਦਾ ਕੀ ਹਾਲਾਤ ਬਣਦੇ ਨੇ ਇਹ ਅਸੀਂ ਸਾਰੇ ਜਾਣਦੇ ਹਾਂ। ਪਰ ਰੱਬਾ ਜੇ ਬੱਚੇ ਧੀਆਂ ਪੁੱਤ ਦਿੰਦਾ ਤਾਂ ਉਹਨਾਂ ਦੀਆਂ ਲੰਬੀਆਂ ਉਮਰਾਂ ਵੀ ਦੇ ਕਿ ਉਹਨਾਂ ਦੇ ਮਾਂ ਬਾਪ ਜਿਹੜੇ ਨੇ ਟੁੱਟਣ ਨਾ ਉਹਨਾਂ ਦਾ ਹੌਸਲਾ ਵਧਿਆ ਰਹੇ, ਉਹਨਾਂ ਨੂੰ ਪਾਲਣ ਦੀਆਂ ਜ਼ਿੰਮੇਵਾਰੀਆਂ ਮੋਢੇ 'ਤੇ ਪਈਆਂ ਰਹਿਣ। ਤਾਂ ਇਹ ਵੀਰ ਜ਼ਰੂਰ ਟੁੱਟਿਆ ਹੋਇਆ, ਇਸ ਦਾ ਸਾਥ ਦੇਣ ਦੀ ਲੋੜ ਹੈ, ਇਸ ਨੂੰ ਹੌਸਲਾ ਦੇਣ ਦੀ ਲੋੜ ਹੈ। ਸਾਡੀ ਪੰਜਾਬੀਆਂ ਨੂੰ ਅਪੀਲ ਹੈ, ਸਾਡੇ NRI ਭਰਾਵਾਂ ਨੂੰ ਅਪੀਲ ਹੈ ਕਿ ਜਦੋਂ ਵੀ ਤੁਸੀਂ ਅੰਮ੍ਰਿਤਸਰ ਸਾਹਿਬ ਆਓ ਤਾਂ ਇਸ ਰੇੜੀ 'ਤੇ ਜ਼ਰੂਰ ਪਹੁੰਚੋ, ਜਿਸ ਨਾਲ ਇਸ ਵੀਰ ਦਾ ਹੌਸਲਾ ਵਧੇਗਾ ਅਤੇ ਇਸ ਵੀਰ ਦਾ ਪਰਿਵਾਰ ਚਲੇਗਾ। ਮੈਨੂੰ ਦਿਓ ਇਜਾਜ਼ਤ, ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜਲਾਲੀ, ਤੁਸੀਂ ਜੁੜੇ ਰਹੋ ਸਟੋਲ ਪੰਜਾਬੀ।